ਖੇਤਰਾਂ ਨਾਲ ਕੁੱਟਾਂਗੇ ਜਿਹੜਾ ਕੋਈ ਲੀਡਰ ਬਿਕੂਗਾ ਕੱਲੇ ਆ ਜਿਹੜਾ ਤੁਸੀਂ ਪੁੱਛਦੇ ਹੋ ਸਾਨੂੰ ਪੱਤਰਕਾਰ ਸਿਰਫ ਲੱਖੋ ਵਾਲ ਨੇ ਪੁੱਛਣ ਲਾਇਆ ਇਹ ਜੇ ਸਾਡਾ ਬੰਦਾ ਬਿਕਿਆ ਬਾਦਲ ਕੈਂਚ ਤਾਂ ਬੋਲਣ ਲਾਇਆ ਪਰ ਤੁਸੀਂ ਸਾਡੀ ਜਿੱਤ ਦੇਖੋ ਬਾਦਲ ਕੇ ਵੀ ਪਹਿਲਾਂ ਚਿੱਠੀਆਂ ਪੜ-ਪੜ ਕੇ ਜ਼ਰੂਰ ਪੁੱਛਣਾ ਲਾਜ਼ਮੀ ਆ ਕਿ ਨਹੀਂ ਕਿਉਂਕਿ ਮੈਂ ਆਪਣੇ ਲਈ ਨਹੀਂ ਮੈਂ ਇਹਨਾਂ ਦੇ ਲਈ ਪੁੱਛ ਰਿਹਾ ਮੇਰੇ ਦਾਦੇ ਮੇਰੇ ਚਾਚੇ ਮੇਰੇ ਤਾਏ ਵੀ ਇਹਨਾਂ ਦੇ ਵਿੱਚ ਖੜੇ ਆ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਥੋੜੇ ਦੇ ਵਿੱਚ ਖੜੇ ਆ ਜੇ ਅੱਜ ਵਿੱਕਦਾ ਤਾਂ ਤੁਹਾਨੂੰ ਲੱਗਦਾ ਥੋੜੇ ਦਿਲ ਤੇ ਸੱਟ ਲੱਗੂ ਪੂਰੀ ਸੱਟ ਲੱਗੂ ਜੇ ਲੱਖੋ ਵਾਲ ਵੇਗਾ ਪੁੱਛਣ ਜੋਗੇ ਤਾਂ ਹੀ ਹੋਏ ਤੁਸੀਂ ਜੇ ਲੱਖੋ ਵਾਲ ਨਾ ਵੇਖਦਾ ਕੋਈ ਕਹਿੰਦਾ ਨਹੀਂ ਸੀ ਪਰ ਸਾਡੇ ਏਕੇ ਨੇ ਬਾਦਲ ਕੇ ਚਿੱਠੀਆਂ ਪੜ ਪੜ ਕੇ ਸੁਣਾਉਂਦੇ ਸੀ ਕਿ ਨਹੀਂ ਪਹਿਲਾਂ ਸਾਰੇ ਇੱਥੋਂ ਦੀ ਸਰਕਾਰ ਤਾਂ ਨੱਚਣ ਲਾਤੀ ਕਿ ਨਹੀਂ ਬਾਦਲ ਕੇ ਅੱਡ ਨੱਚਦੇ ਆ ਚਾਂਜਰਾ ਪਾ ਕੇ ਕਾਂਗਰਸ ਅੱਡ ਨੱਚਦੀ ਆ ਚਾਂਜਰਾ ਪਾ ਕੇ ਤੇ ਦਿੱਲੀ ਵੀ ਆਈ ਨੱਚੂਗੀ ਸਾਡਾ ਇੱਕ ਰਿਹਾ 9 ਮਾਸ ਦਾ ਬਾਦਲ ਕਹਿੰਦਾ ਮੇਰਾ ਰਿਸ਼ਤਾ ਜਿਉਂਦੇ ਉਹ ਨਹੀਂ ਟੁੱਟਦਾ ਆ ਸਾਡੇ ਘਟਸਣੇ ਗਾਹ ਮਾਸ ਦਾ ਪਲਾਸ ਨਾਲ ਪੱਟਦਾ 9 ਮਾਸ ਦਾ ਪਲਾਸ ਨਾਲ ਪੱਟਦਾ ਉਹਨਾਂ ਦਾ ਇੱਕ ਆ ਮੋਰੀ ਕਹਿੰਦੇ ਆ ਅਸੀਂ ਸਾਰੇ ਲੀਡਰਾਂ ਨੂੰ ਮੈਂ ਕਹਣਾ ਜਿਹੜੇ ਲੀਡਰ ਆ ਕੋਈ ਵਿਕਦਾ ਦੇਖ ਸੀ ਗਿਆ ਸਾਨੂੰ ਛੇਤਰਾ ਨਾਲ ਕੁੱਟਾਂਗੇ ਅਸੀਂ ਵੀ ਆ ਲੱਖੋ ਵਾਲ ਨੇ ਕਹਾਇਆ ਗੱਲ ਆ ਸਾਰਾ ਲੋਕਾਂ ਦਾ ਇੱਕ ਆ ਕੇ ਤਾਂ ਚਾਰ ਪੰਜ ਬੰਦੇ ਹੁੰਦੇ ਸੀ ਲੱਖੋ ਵਾਲ ਵਿਕ ਗਿਆ ਹੁਣ ਕੋਈ ਵਿਕ ਕੇ ਦਿਖਾਵੇ ਤੁਹਾਨੂੰ ਲੱਗਦਾ ਕਿ ਤੁਸੀਂ ਦਿੱਲੀ ਨੂੰ ਪੰਜਾਬ ਦੇ ਵਿੱਚ ਆਉਣ ਦੇ ਲਈ ਮਜਬੂਰ ਕਰ ਦੋਗੇ ਮਜਬੂਰ ਕਰ ਦਾਂਗੇ ਜਦੋਂ ਇੱਥੋਂ ਦੇ ਘਰ ਤੇ ਨੱਚਦੇ ਫਿਰਦੇ ਨਾ ਕਾਂਗਰਸੀ ਇੱਧਰ ਡਰੈਕਟਰ ਲੈ ਕੇ ਜਾਂਦੇ ਆ ਕੱਲੀ ਇੱਧਰ ਲੈ ਨੱਚਣ ਲੱਤ ਕੇ ਨਹੀਂ ਤੁਸੀਂ ਮੰਨਦੇ ਹੋ ਤੁਸੀਂ ਚੈਨਲ ਤੇ ਤੁਸੀਂ ਸਾਡੇ ਇਕੱਠ ਨੇ ਨੱਚਣ ਲਾਏ ਆ ਪਹਿਲਾਂ ਬਥੇਰੀਆਂ ਚਿੱਟੀਆਂ ਪੜੀਆਂ ਬਾਦਲ ਕਨੇ ਸਾਰੇ ਟੱਬਰ ਨੇ ਕਿਹਾ ਵੀ ਚੱਲ ਜੂਗਾ ਦਿੱਲੀ ਇੱਥੋਂ ਤਾਂ ਮਜਬੂਰ ਕਰ ਦਾਂਗੇ ਅਸੀਂ ਲਿਆਉਣ ਤਾਂ ਨੱਚਣ ਕਿਉਂ ਲੱਗੇ ਕਿ 22 ਦੀ ਸੀਟ ਦੇਂਦੀ ਆ 22 ਦੀ ਸੀਟ ਕੋ ਕੱਟ ਤੋ ਹੀ ਦੇਂਦਾ ਉਹਨਾਂ ਨੂੰ ਐਂ ਦੇਂਦਾ ਪੈਂਚੋ ਤਾਂ ਆਪਣਾ ਤਾਂ ਗਿਆ ਸਾਰਾ ਬੇੜਾ ਦਾ ਕਰਕ ਹੋ ਗਿਆ ਆਪਣਾ ਤਾਂਗੋਂ ਨੱਚਦੇ ਸਾਡੇ ਕੱਠ ਨੇ ਨੱਚਣ ਲਾਇਆ ਲੋਕਾਂ ਨੇ ਨੱਚਣ ਲੈ ਕੇ ਅਸੀਂ ਨਹੀਂ ਜਿਹੜੇ ਲੋਕ ਇਕੱਠੇ ਹੋਇਆ ਇੰਨੀਆਂ ਕਪਾੜੀਆਂ ਇਕੱਠੀਆਂ ਹੋਊਗਾ ਉਹਨਾਂ ਨੇ ਨੱਚਣ ਲਾਇਆ ਉਹ ਪਰ ਤੁਹਾਨੂੰ ਲੱਗਦਾ ਵੀ ਰਾਜਨੀਤਿਕ ਪਾਰਟੀਆਂ ਸੁਧਰ ਗਿਆ ਉਹਨਾਂ ਵਾਕਿਆ ਦੇ ਵੀ ਤੁਹਾਡੇ ਹੱਕ ਚ ਆ ਗਿਆ ਕਿ ਅੱਜ ਵੀ ਡਰਾਮਾ ਹੈ ਕੁਝ ਮੈਂ ਲੋਕਾਂ ਨੂੰ ਕਹਿੰਦਾ ਨਾ ਉਹ ਤਾਂ ਸਾਰੇ ਸੁਧਰ ਜਣੇ ਕੁਝ ਲੋਕਾਂ ਨੂੰ ਵੀ ਕਹਿੰਦਾ ਝੰਡੇ ਲਾ ਲਾ ਕੇ ਜਾਂਦੇ ਨੇ ਜਿਹੜੇ ਆ ਅਸੀਂ ਤਾਂ ਦਿਹਾੜੀ ਕਰਦੇ ਆ ਪਹਿਲਾਂ ਹੀ ਪੰਜ ਪੰਜ ਚਾਰ ਕਿੱਲੇ ਵਾਲੇ ਸੀ ਦਾ ਠੇਕੇ ਤੇ ਲੈ ਕੇ ਬਹੋਣੇ ਸਾਡੀ ਤਾਂ ਦਿਹਾੜੀ ਆ ਜਿਹੜਾ 50 50 ਕਿੱਲੇ ਵਾਲੇ ਜਾਂਦੇ ਨਾ ਵੱਡੀਆਂ ਗੱਡੀਆਂ 'ਚ ਇਹਨਾਂ ਤੋਂ ਦਿਹਾੜੀ ਨਹੀਂ ਹੋਣੀ ਤੇ ਚਮਚਾਗिरी ਵੀ ਉੰਨੀ ਕਰਦੇ ਜਦੋਂ ਜੇਬ 'ਚ ਪੈਸੇ ਆ ਉਹਦੀ ਕਹਿੰਦਾ ਹੁੰਦਾ ਲੀਡਰ ਫਲਾਨਾ ਤੇ ਜਾ ਸੋਖੜਾ ਜਦੋਂ ਜੇਬ 'ਚ ਜੱਟ ਦੇ ਪੈਸੇ ਰਹਿ ਕਿਸੇ ਇਹਨਾਂ ਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਮਖੜਾ ਤੇ ਫਿਰ ਬਾਪੂ ਜੀ ਹਾਲੇ ਤੱਕ ਸਮਝ ਨਹੀਂ ਆਇਆ ਪਰ ਸਾਨੂੰ ਸਮਝੇ ਕਦੋਂ ਆਉ ਥੋੜੀ ਰਹਿ ਕੇ ਦੋ ਚਾਰ ਬੰਦੇ ਰਹਿ ਗਏ ਉਹਨਾਂ ਦੇ ਚੰਚੀਆਂ ਜਿਹੜੇ ਮੂਰੇ ਮੂਰੇ ਰਹਿ ਗਏ ਅੱਜ ਵੀ ਰੈਲੀ ਦੇ ਵਿੱਚ ਜੋ ਫੜ ਕੇ ਲੈ ਨੀਵੀਆਂ ਪਾਪਾ ਕੇ ਜਾਂਦੇ ਆ ਲੋਕ ਜਿਨ੍ਹਾਂ ਦੇ ਕੰਮ ਲਾਇਆ ਕਿਸੇ ਦਾ ਲਾਇਸੈਂਸ ਬਣਾਇਆ ਕਿਸੇ ਦਾ ਇਹੋ ਜਿਹੇ ਕੰਮਾਂ ਤੇ ਵਸਾ ਲੋਕ ਵਿਕੇ ਹੋਏ ਆ ਕੀ ਲੱਗਦਾ ਹੁਣ ਫਿਰ ਸੰਘਰਸ਼ ਲੱਗੂ ਸਿਰੇ ਸਿਰੇ ਲਾ ਕੇ ਛੰਡਾਂਗੇ ਜਮਾਂ ਜਦੋਂ ਇੱਥੋਂ ਵਾਲੇ ਤੁਸੀਂ ਐਂ ਦੱਸੋ ਤੁਸੀਂ ਵੀ ਨੱਚਣ ਵਾਲੇ ਤੁਰ ਨੱਚਣ ਲਾਤੇ ਕਿ ਨਹੀਂ ਅਸੀਂ ਜਦੋਂ ਇੱਥੋਂ ਵਾਲ ਨੌਜਵਾਨਾਂ ਨੂੰ ਕਿਵੇਂ ਦੇਖਦੇ ਥੋਡੇ ਨਾਲ ਆ ਕੇ ਜੁੜੇ ਆ ਅਸੀਂ ਬਹੁਤ ਚੰਗਾ ਕਹਦੇ ਆ ਨੌਜਵਾਨਾਂ ਨੂੰ ਪੂਰਾ ਸਾਹ ਦਿੰਦੇ ਆ ਨੌਜਵਾਨ ਇਹਨਾਂ ਦੇ ਸਿਰਤੀ ਆ ਨੌਜਵਾਨ ਤਾਂ ਜਿੱਥੇ ਉਹ ਪਲਟਾ ਪਟ ਪਟ ਦਿੰਦਾ ਜੂਤ ਤੇ ਸਾਰਾ ਕੰਮ ਆ ਜੂਤ ਤੇ ਸਾਰਾ ਕੰਮ ਆ ਮੇਰੇ ਨਾਲ ਨੌਜਵਾਨ ਵੀ ਆ ਬਾਈ ਮੈਨੂੰ ਇੱਕ ਗੱਲ ਦੱਸਿਓ ਇਹ ਕਿਹੜੀ ਨੌਜਵਾਨੀ ਆ ਜਿਹੜੀ ਕਿਸਾਨੀ ਦੇ ਹੱਕ ਵਿੱਚ ਖੜਨ ਵਾਲੀ ਨੌਜਵਾਨੀਆਂ ਜਾਂ ਫਿਰ ਸੈਲਫੀਆਂ ਲੈਣ ਵਾਲੀ ਨੌਜਵਾਨੀ ਨਹੀਂ ਬਾਈ ਜੀ ਪਤਾ ਕੀ ਆ ਹੁਣ ਅਸੀਂ ਪਿਛਲੇ ਧਰਨੇ ਦੇ ਵਿੱਚ 25 ਤਰੀਕ ਨੂੰ ਗਏ ਸੀ ਸਾਡੇ ਪਿੰਡ ਦੇ ਵਿੱਚੋਂ 800 ਬੰਦੇ ਦਾ ਘਟ ਸੀ 7-800 ਦਾ ਤਕਰੀਬਨ ਇੱਕੋ ਸਨੇਹ ਤੇ ਕਿਉਂਕਿ ਯਾਰ ਸਾਰੇ ਦੇਖ ਰਹੇ ਆ ਹੁਣ ਅੱਜ ਦੇ ਹਾਲਾਤ ਕੀ ਆ ਹਾਲਾਤ ਇਹ ਆ ਵੀ ਜੇਕਰ ਮੰਨ ਲਓ ਹੁਣ ਸਾਡੀਆਂ ਜ਼ਮੀਨਾਂ ਉਹਨਾਂ ਨੇ 10 ਜਾਂ 15 ਸਾਲਾਂ ਲਈ ਕੰਟਰੈਕਟ ਤੇ ਲੈ ਲਈਆਂ ਤਾਂ ਅਸੀਂ ਵਿਹਲੇ ਕੀ ਕਰਾਂਗੇ ਅਸੀਂ ਉਹ ਆਪਦੇ ਖੇਤਾਂ ਦੇ ਵਿੱਚ ਹੀ ਜਾ ਕੇ ਢਾਡੀ ਕਰਾਂਗੇ ਨਾ ਇਸ ਕਰਕੇ ਉਹ ਨੌਜਵਾਨਾਂ ਨੂੰ ਇਸ ਚੀਜ਼ ਬਾਰੇ ਪ੍ਰੋਪਰ ਚੈਨਲ ਪਤਾ ਲੱਗਿਆ ਵੀ ਜਿਹੜੀਆਂ ਆ ਆਰਡੀਨਸ ਆ ਉਹ ਕਾਦੀ ਕਿਸ ਕਾ ਤਰ੍ਹਾਂ ਜਾਂ ਆਪਣੇ ਚੰਗੇ ਲਈ ਆ ਜਾਂ ਮਾੜੇ ਲਈ ਆ ਇਸ ਕਰਕੇ ਹੁਣ ਅੱਜ ਵੀ ਸਾਡੇ ਪਿੰਡ ਦੇ ਵਿੱਚੋਂ ਨੌਜਵਾਨ ਵਰਗ ਸਾਡੇ ਨਾਲ ਪਹੁੰਚਿਆ ਟਰੈਕਟਰ ਟਰਾਲੀਆਂ ਲੈ ਕੇ ਸਾਰੇ ਕਈ ਮੋਟਰਸਾਈਕਲਾਂ ਤੇ ਆਏ ਪਰ ਵਧੀਆ ਖੁਸ਼ੀ ਹੁੰਦੀ ਆ ਸਹਿਯੋਗ ਮਿਲ ਰਿਹਾ ਨੌਜਵਾਨਾਂ ਤੇ ਉਂਗਲਾਂ ਉੱਠਦੀਆਂ ਨੌਜਵਾਨੀ ਪੀੜ੍ਹੀ ਨੂੰ ਲੱਗਦਾ ਵੀ ਹੁਣ ਉਹ ਨੌਜਵਾਨ ਪੀੜ੍ਹੀ ਸਹੀ ਰਾਹ ਤੇ ਜਿਹੜੀ ਆ ਤੁਰ ਪਈ ਆ ਆਪਣੇ ਬਾਪੂ ਬੰਦੇ ਨਾਲ ਆਪਣੇ ਦਾਦਿਆਂ ਦੇ ਨਾਲ ਆਪਣੇ ਹੱਕ ਲੈਣ ਦੇ ਲਈ ਹਾਕ ਬਿਲਕੁਲ ਜੀ ਜੋ ਕਹਿੰਦੇ ਸੀ ਪੰਜਾਬ ਦੀ ਜੋ ਜਵਾਨੀ ਆ ਉਹ ਨਸ਼ੇ ਕਰਦੀ ਹੈ ਜਾਂ ਬੁਰੇ ਕੰਮ ਕਰਦੀ ਹੈ ਤਾਂ ਅੱਜ ਦੇਖੋ ਤੁਸੀਂ ਸਾਡੇ ਨਾਲ ਜੁੜੇ ਹੋਇਆ ਸਾਰੇ ਚੰਗਾ ਕੰਮ ਕਰ ਰਹੇ ਆ ਸਾਡੇ ਨਾਲ ਸਹਿਯੋਗ ਕਰ ਰਹੇ ਹੈਗੇ ਵਧੀਆ ਲੱਗਦਾ ਜੀ ਸਾਰੇ ਮੁੰਡੇ ਮੰਨ ਲਓ ਸਾਡੇ ਪਿੰਡ ਤੋਂ ਤਕਰੀਬਨ ਜ਼ਿਆਦਾ ਮੁੰਡੇ ਆਏ ਹੈਗੇ ਕੀ ਕਹਿਣਾ ਚਾਹੋਗੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਕਿ ਚਲੋ ਸਾਡੀਆਂ ਤਾਂ ਪਹਿਲੀਆਂ ਠੇਕੇ ਤੇ ਆ ਸਾਨੂੰ ਤਾਂ 60-70000 ਆਈ ਜਾਂਦਾ ਜਦੋਂ ਇਹਨਾਂ ਨੇ ਲੈ ਲਈਆਂ ਉਦੋਂ ਲੱਖ-ਲੱਖ ਆਉਣ ਲੱਗ ਜੂ ਭਾਵੇਂ 4 ਸਾਲ ਆਊ ਜਾਂ 5 ਸਾਲ ਆਊ ਜਾਂ ਜਿਹੜੇ ਕਹਿੰਦੇ ਆ ਕਿ ਜਦੋਂ ਇਹ ਵੀਜ਼ੇ ਖੁੱਲਗੇ ਅਸੀਂ ਤਾਂ ਬਾਹਰਲੇ ਦੇ ਛੜਾਰੀ ਮਾਰ ਜਾਾਂਗੇ ਉਹਨਾਂ ਨੂੰ ਨਹੀਂ ਭਾਈ ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਆ ਤੁਸੀਂ ਇਹ ਦੇਖੋ ਜਦੋਂ ਜ਼ਮੀਨਾਂ ਹੀ ਆਪਣੀਆਂ ਆਪਾਂ ਇੱਥੇ ਦਿਹਾੜੀਆਂ ਕਰਨ ਤੇ ਹੋਗੇ ਫਿਰ ਆਪਾਂ ਨੂੰ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਬਾਹਰਲੀ ਲਈ ਆਪਾਂ ਉਹ ਕਰਾਂਗੇ ਕਿਉਂਕਿ ਕੱਲ ਨੂੰ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਸਾਡੀਆਂ ਬੱਟਾਂ ਚੱਕੀਆਂ ਜਾਣਗੀਆਂ ਉਹਨਾਂ ਨੇ ਤਾਂ ਇਕੱਠੇ ਕੋਈ ਪ੍ਰੋਜੈਕਟ ਲਾਉਣੇ ਆ ਜਾਂ ਤਾਂ ਡੈਰੀ ਫਾਰਮ ਖੋਲਣੇ ਆ ਜਾਂ ਕੋਈ ਮੰਨ ਲਓ ਬਾਗ ਵਗੈਰਾ ਲਾਉਣੇ ਆਗੇ ਤਾਂ ਇਹਦੇ ਵਿੱਚ ਇਹ ਹੈ ਵੀ ਜਿਹੜੇ ਨੌਜਵਾਨਾ ਜੇ ਅਸੀਂ ਪਿੰਡ ਦੇ ਵਿੱਚ ਵੀ ਕੱਲ ਅਨਾਉਂਸਮੈਂਟ ਕੀਤੀ ਹੈਗੀ ਸਾਰੇ ਪਿੰਡ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਆਂ ਵੀ ਹੁਣ ਆਉਣਗੇ ਸਾਡੇ ਨਾਲ ਜੁੜ ਰਹੇ ਆ ਬਹੁਤ ਜ਼ਿਆਦਾ ਤੇ ਬਹੁਤ ਧੰਨਵਾਦ ਭਾਈ ਧੰਨਵਾਦ ਸੋ ਦੋਸਤੋ ਤੁਸੀਂ ਦੇਖਿਆ ਮੋਰਚੇ ਦੇ ਉੱਪਰ ਜਿਹੜੇ ਕਿਸਾਨਾਂ ਦੇ ਨਾਲ ਆਪਾਂ ਨੌਜਵਾਨ ਵਰਗ ਦੇ ਨਾਲ ਗੱਲਬਾਤ ਕੀਤੀ ਆ ਇੱਕ ਗੱਲ ਦੇਖਣ ਨੂੰ ਮਿਲਿਆ ਜਿੱਥੇ ਜਿਹੜੇ ਵੀ ਧਰਨੇ ਦੇ ਇਸ ਵਿੱਚ ਅਸੀਂ ਜਾਣੇ ਉੱਥੇ ਨੌਜਵਾਨ ਵਰਗ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਵਧੀਆ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜੇਕਰ ਆਪਾਂ ਇਤਿਹਾਸ ਤੇ ਨਜ਼ਰ ਮਾਰ ਲਈਏ ਪੰਜਾਬ ਦੇ ਇਤਿਹਾਸ ਤੇ ਵਿੱਚ ਨੌਜਵਾਨ ਵਰਗ ਜਿਹੜਾ ਜਦੋਂ-ਜਦੋਂ ਆਇਆ ਉਦੋਂ-ਉਦੋਂ ਸਰਕਾਰਾਂ ਨੂੰ ਗੋਡਿਆਂ ਪਰਨੇ ਉਹਨਾਂ ਨੇ ਕੀਤਾ ਆ ਉਮੀਦ ਇਹ ਹੀ ਆ ਕਿ ਆਪਣੇ ਹੱਕਾਂ ਦੇ ਲਈ ਜਿਹੜੇ ਇਹ ਨੌਜਵਾਨ ਖੜੇ ਆ ਜਿਉਂਦੇ ਤਿਉਂ ਖੜੇ ਰਹਿਣਗੇ ਚਾਹੇ ਇਹਨਾਂ ਦੀ ਸ਼ਮੂਲੀਅਤ ਕਲਾਕਾਰਾਂ ਕਰਕੇ ਹੋਈ ਆ ਸਲਾਮ ਕਲਾਕਾਰਾਂ ਨੂੰ ਵੀ ਸਲੂਟ ਕਲਾਕਾਰਾਂ ਨੂੰ ਵੀ ਆ ਜਿਨ੍ਹਾਂ ਨੇ ਆਪਣੇ ਨਾਲ ਇਹਨਾਂ ਨੌਜਵਾਨਾਂ ਨੂੰ ਲਿਆ ਅੱਜ ਇਹ ਆਪਣੇ ਦਾਦਿਆਂ ਦੇ ਨਾਲ ਆਪਣੇ ਬਾਪੂਆਂ ਦੇ ਨਾਲ ਆਪਣੇ ਤਾਇਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਅਸੀਂ ਅੱਗੇ ਵੀ ਇਸ ਖਬਰ ਦੇ ਨਾਲ ਬਣੇ ਰਹਾਂਗੇ ਤੁਸੀਂ ਦੇਖਦੇ ਰਹੋ ਆਰਐਮਪੀ ਟੈਲੀਵਿਜ਼ਨ ਹੁਣ ਆਪਣੇ ਦੋਸਤ ਜਸ ਗਰੇਵਾਲ ਨੂੰ ਦੀ ਇਜਾਜ਼ਤ ਧੰਨਵਾਦ ਜੀ